ਕਿਉਂਕਿ 60 ਦੇ ਆਸ-ਪਾਸ ਸੀਟਾਂ ਮਾਲਵੇ ਵਿਚ ਲੜੀਆਂ ਜਾਂਦੀਆਂ ਆ ਅੱਧ ਤਕਰੀਬਨ ਅੱਧ ਨਾਲੋਂ ਜ਼ਿਆਦਾ ਨਹੀਂ ਜਿਹੜੀਆਂ ਮਾਲਵੇ ਦੀਆਂ ਸੀਟਾਂ ਐ। ਔਰ ਮਾਲਵੇਦ ਵਿੱਚ ਬੀਕੇ ਯੂ ਦਾ ਜਿਹੜਾ ਪੁਰਾਣਾ ਜ਼ੋਰ ਐ ਉਹ ਸੰਗਰੂਰ ਚ ਪਠਿੰਡੇ ਚ ਪਟਿਆਲੇ ਚ ਸ਼ਾਇਦ ਥੋੜਾ ਘੱਟ ਹੋਵੇ। ਸੋ ਇਸ ਕਰਕੇ ਇਹਨਾਂ ਦਾ ਪਟਿਆਲੇ ਚ ਆਣਾ ਇੱਕ ਤਰੀਕੇ ਨਾਲ ਕੈਪਟਨ ਸਾਹਿਬ ਨੂੰ ਸਿੱਧੀ ਚੁਣੌਤੀ ਐ। ਕਿਉਂਕਿ ਇਹ ਤਾਂ ਹੁਣ ਕੈਪਟਨ ਸਾਹਿਬ ਦੇ ਕਿਲੇ ਚ ਆ ਕੇ ਇਹਨਾਂ ਨੇ ਆਪਣਾ ਝੰਡਾ ਗੜਿਆ ਕਿਲੇ ਦੇ ਬਾਹਰ। ਇਹ ਤੈਅ ਕਰੇਗਾ ਕਿ ਅਗਲੀ ਇਲੈਕਸ਼ਨ ਦਾ ਨਤੀਜਾ ਕੀ ਹੁੰਦਾ। ਸੋ ਕੈਪਟਨ ਸਾਹਿਬ ਤੇ ਇਸ ਕਰਕੇ ਦੂਰੀ ਉਹਨਾਂ ਤੇ ਪ੍ਰੈਸ਼ਰ ਪੈ ਰਿਹਾ ਇੱਕ ਤਾਂ ਪਾਰਟੀ ਦੇ ਅੰਦਰੋਂ ਪੈ ਰਿਹਾ ਜਿਹੜੀ ਬਗਾਵਤ ਕੀਤੀ ਹੋਈ ਹੈ ਸਿੱਧੂ ਸਾਹਿਬ ਨੇ ਫਿਰ ਪ੍ਰਗਟ ਸਿੰਘ ਜੀ ਨੇ ਫਿਰ ਉਹਦੇ ਚ ਯੂ ਨੋ ਹੋਰ ਲੀਡਰ ਕੋਈ ਇਕੱਠੇ ਹੋ ਗਏ ਸੋਹਜਿੰਦਰ ਸਿੰਘ ਰੰਧਾਵਾ ਜੀ ਰੰਧਾਵਾ ਸਾਹਿਬ ਵੀ ਨਾਰਾਜ਼ ਨੇ ਪਹਿਲਾਂ ਪਿਛਲੇ 4 ਸਾਲਾਂ ਚ ਕਦੇ ਨਹੀਂ ਹੋਇਆ ਕਿ 4 3 4 ਵੱਡੇ ਲੀਡਰ ਕਾਂਗਰਸ ਦੇ ਸਖਤ ਨਾਰਾਜ਼ ਹੋਣ ਔਰ ਇਕੱਠੇ ਹੋ ਕੇ ਮੀਟਿੰਗ ਆਕਰਨ ਸੋ ਇੱਕ ਤਾਂ ਅੰਦਰੋਂ ਫੁੱਟ ਪਈ ਹੈ ਔਰ ਫੁੱਟ ਪੈ ਕੇ ਵੱਧ ਰਹੀ ਹੈ ਅਦੁੱਜੀ ਇਹ ਬਾੜਲੇ ਪਾਸਿਓਂ ਬੀਕੇਯੂ ਨੇ ਕੰਟੀ ਖੜਕਾਤੀ ਕਿਲੇ ਦੇ ਬਾਹਰ ਕਿ ਤੁਸੀਂ ਸਰਕਾਰ ਠੀਕ ਨਹੀਂ ਚਲਾ ਰਹੇ ਬੇਸ਼ੁਮਨੀਆਂ ਚ ਵਾਸਤੇ ਪੰਜਾਬੀਆਂ ਨੂੰ ਖੁਸ਼ ਆਮਦੀਦ ਮੈਂ ਹਰਜਿੰਦਰ ਸਿੰਘ ਰੰਦਾਵਾ ਤੁਸ ਦੇਖ ਰਹੇ ਹੋ ਪੰਜਾਬ ਟੀਵੀਜ਼ਨ ਔਰ ਮੇਰੇ ਨਾਲ ਨੇ ਸਰਦਾਰ ਕੇਸੀ ਸਿੰਘ ਪੰਜਾਬ ਦੇ ਨਿਤੜਕ ਬੁਲਾਰੇ ਮੈਂ ਵਿਸ਼ੇਸ਼ਣ ਬਦਲਤੇ ਕਿਉਂਕਿ ਹੁਣ ਪੰਜਾਬ ਦੀ ਰੂਹ ਨੂੰ ਜੇ ਕੋਈ ਠੀਕ ਤਰੀਕੇ ਨਾਲ ਉਹਦੀ ਪ੍ਰਤੀਨਿਧਤਾ ਕਰ ਰਿਹਾ ਤਰਜ਼ਮਾਨੀ ਕਰਦਾ ਹੈ ਤੇ ਸਰਦਾਰ ਕੇਸੀ ਸਿੰਘ ਉਹਨਾਂ ਲੋਕਾਂ ਚੋਂ ਆਉਂਦੇ ਨੇ ਸਰਦਾਰ ਕੇਸੀ ਸਿੰਘ ਵੱਖ-ਵੱਖ ਦੇਸ਼ਾਂ 'ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਨੇ ਸਰਦਾਰਜੀਤ ਜੀ ਆਇਆਂ ਸੱਚੀ ਕਾਲ ਜੀ ਸੱਚੀ ਕਾਲ ਜੀ ਮੈਂ ਦੋਸਤੋ ਤੁਹਾਨੂੰ ਯਾਦ ਕਰਾ ਦਿਆਂ ਕਿ ਪੰਜਾਬ ਤੋਂ ਕਿਸਾਨੀ ਅੰਦੋਲਨ ਦਿੱਲੀ ਦੇ ਬਾਰਡਰਸ ਤੇ ਧਮਾਲ ਪਾ ਦਿੰਦਾ ਤੇ ਹੁਣ ਇਹ ਫਿਰ ਮੁੜ ਕੇ ਪੰਜਾਬ ਦੀਆਂ ਜੂਹਾਂ 'ਚ ਬਰੂਹਾਂ ਤੇ ਦਸਤਕ ਦੇ ਰਿਹਾ ਹੈ ਮਹਿਲਾ 'ਚੋਂ ਦੱਬਮੀ ਜੀ ਸੁਰ ਦੇ ਵਿੱਚ ਵਿਰੋਧ ਉੱਠਿਆ ਤਰਲੇ ਜੇ ਵਰਗਾ ਅਖੇ ਪਟਿਆਲੇ ਨੂੰ ਬਖਸ ਤੋਂ ਹਾਲਾਤ ਚੰਗੇ ਨਹੀਂ ਮੈਂ ਤਾਂ ਤੁਹਾਡਾ ਸਾਥ ਦਿੰਦਾ ਰਿਆਂ ਕਿਸਾਨ ਤੇ ਕਪਤਾਨ ਆਪਸ ਵਿੱਚ ਖਹਿਗੇ ਨੇ ਔਰ ਸਿੰਘ ਫਸ ਗਏ ਇਹਨਾਂ ਦੇ ਸੋ ਮੈਂ ਸਰਦਾਰ ਕੇਸੀ ਸਿੰਘ ਜੀ ਨੂੰ ਪੁੱਛਣਾ ਚਾਹੁੰਨਾ ਹੈ ਜਿਹੜੇ ਦੇਸ਼ ਤੇ ਦ੍ਰਿਸ਼ ਨੂੰ ਵੀ ਨਹਾਰਦੇ ਨੇ ਤੇ ਪੰਜਾਬ ਨੂੰ ਦੂਰੋਂ ਬਹਿ ਕੇ ਜਰਾ ਵੱਡੀ ਐਨਕ ਨਾਲ ਮੋٹے ਚਸ਼ਮੇ ਨਾਲ ਮੋਟਾ-ਮੋਟਾ ਦੇਖ ਰਹੇ ਨੇ ਇਹ 2022 ਤੋਂ ਪਹਿਲਾਂ ਲਈ ਮੈਦਾਨ ਭਖ ਗਿਆ ਲੜਾਈ ਸ਼ੁਰੂ ਹੋ ਗਈ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਕਿ ਕਿਸਾਨੀ ਧਿਰ ਵੀ ਵਕਤ ਨੂੰ ਫੜੂ ਮੈਨੂੰ ਦੇਖੋ ਮੈਂ ਪਹਿਲਾਂ ਵੀ ਕਿਹਾ ਸੀਗਾ ਜਿਹੜਾ ਕਿਸਾਨ ਅੰਦੋਲਨ ਹੈ ਜੀ ਇਹ ਵੈਸਟ ਬੰਗਾਲ ਦੀ ਇਲੈਕਸ਼ਨ ਦੇ ਬਾਅਦ ਜ਼ਾਹਰ ਹੋ ਜਾਏਗਾ ਕਿ ਹੁਣ ਸਿਰਫ ਯੂਪੀ ਤੇ ਪੰਜਾਬ ਦੀ ਇਲੈਕਸ਼ਨ ਬਚੀ ਹੈ ਯੂਪੀ ਜਿਹੜੀ ਬੀਜੇਪੀ ਲਈ ਨਿਹਾਇਤ ਜ਼ਰੂਰੀ ਹੈ ਬਿਨਾ ਯੂਪੀ ਉਹ ਅਗਲੀ ਸਰਕਾਰ ਨਹੀਂ ਬਣਾ ਸਕਦੇ ਜੇ ਯੂਪੀ ਹਾਰ ਜਾਂਦੇ ਹੈ ਫਿਰ ਕੇਂਦਰ ਦੀ ਸਰਕਾਰ ਤੇ ਵੀ ਅਸਰ ਪੈਂਦਾ ਹੈ ਜੀ ਔਰ ਇਹ ਦੋਨੋਂ ਹਾਰ ਜਾਂਦੇ ਹੈ ਪੰਜਾਬ 'ਚ ਵੀ ਇਹਨਾਂ ਦੀ ਬੁਰੀ ਘਾਤ ਹੁੰਦੀ ਹੈ ਇਕੱਲੇ ਲੜਨਗੇ ਅਕਾਲੀ ਦਲ ਦੇ ਨਾਲ ਤਾਂ ਹੈ ਨਹੀਂ ਔਰ ਯੂਪੀ ਦੇ ਵਿੱਚ ਇਹਨਾਂ ਨੂੰ ਸ਼ਿਕਸਤ ਆਉਂਦੀ ਹੈ ਤਾਂ ਉਹਦੇ ਨਾਲ ਫਿਰ ਹਰਿਆਣਾ ਦੀ ਗਵਰਨਮੈਂਟ ਵੀ ਗਰੇਗੀ ਇਹ ਤਿੰਨੋਂ ਜਾਣ ਗਿਆ ਜੀ ਸੋ ਇਸ ਕਰਕੇ ਨਾਰਥ-ਵੈਸਟ ਉਤਰੀ ਪੱ ਪੱਛਮ ਕਨ ਜਿੰਨੇ ਸਟੇਟਾਂ ਵੱਡੀਆਂ ਉਹ ਤਿੰਨਾਂ ਤੇ ਅਸਰ ਪੈਂਦਾ ਇਹਨਾਂ ਦਾ ਹੁਣ ਇਹ ਅਸਰ ਤਾਂ ਪੈਣਾ ਹੀ ਪੈਣਾ ਸੀਗਾ ਕਿਉਂਕਿ ਇਹ ਅਰਚਨ ਪ੍ਰਧਾਨ ਮੰਤਰੀ ਜੀ ਨੇ ਅਡਾਈ ਰੱਖੀ ਆ ਉਹਨਾਂ ਦੀ ਉਮੀਦ ਇਹ ਸੀਗੀ ਕਿ ਵੈਸਟ ਬੰਗਾਲ ਚ ਜਿੱਤ ਕੇ ਆਣਗੇ ਉਹਦੇ ਬਾਅਦ ਉਹਨਾਂ ਦਾ ਮਨੋਬਲ ਇੰਨਾ ਵੱਡਾ ਹੋ ਜਾਏਗਾ ਕਿ ਆਪੇ ਕਿਸਾਨ ਭੱਜਣਗੇ ਜਾਂ ਪਜਾਦਾਂਗੇ ਇਹਨਾਂ ਨੂੰ ਉਹ ਤਾਂ ਹੋਇਆ ਨਹੀਂ ਔਰ ਦੂਜਾ ਉਤੋਂ ਦੀ ਮਾਂ ਮਾਰੀ ਦੀ ਦੂਜੀ ਲਹਿਰ ਆ ਗਈ ਉਹ ਦੂਜੀ ਲਹਿਰ ਨੇ ਇਹਨਾਂ ਦੀ ਪਿੱਠ ਤੋੜਤੀ ਹੈ ਕਿਉਂਕਿ ਇਹ ਭਾਵੇਂ ਕਹੀ ਜਾਣ ਕੁਛ ਨਹੀਂ ਹੋਇਆ ਪਿੰਡਾਂ ਪਿੰਡਾਂ 'ਚ ਜਿਹੜਾ ਯੂਪੀ ਦੇ ਵਿੱਚ ਨੁਕਸਾਨ ਹੈ ਔਰ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਜਿਹੜੇ ਅਸਲੀ ਬਰਖਾ ਦਤਰਗੇ ਬੰਦੇ ਜਿਹੜੇ ਕੈਮਰੇ ਲੈ ਕੇ ਗੰਗਾ ਗੰਗਾ ਦੇ ਨਾਲ-ਨਾਲ ਉਹ ਗੱਡੀਆਂ ਚਲਾ ਕੇ ਦਿਖਾ ਰਹੇ ਨੇ ਕਿ ਲੋਕਾਂ ਨੇ ਕਿਵੇਂ ਜਲ ਪ੍ਰਵਾਹ ਕੀਤੀਆਂ ਯੂ نو ਆਪਣੀਆਂ ਰਿਸ਼ਤੇਦਾਰਾਂ ਦੇ ਦੀ ਅੰਬੋਡੀਆਂ ਤਾਂ ਉਹ ਸਾਰੇ ਤੋਂ ਲੱਗਦਾ ਹੈ ਕਿ ਇਹ ਜਿਹੜਾ ਨੁਕਸਾਨ ਬੀਜੇਪੀ ਦਾ ਇਸ ਸੀਰੀ ਚ ਹੋ ਰਿਹਾ ਹੈ ਔਰ ਹੁੰਦਾ ਜਾ ਰਿਹਾ ਹੈ ਇਹ ਇਹਦਾ ਅਸਰ ਹਟਣ ਨਹੀਂ ਆਉਣਾ ਅਗਲੇ 5-6 ਮਹੀਨੇ ਚ ਹੁਣ ਉਹਦਾ ਅਸਰ ਪੰਜਾਬ 'ਚ ਵੀ ਆ ਗਿਆ ਦੇਖੋ ਪੰਜਾਬ ਦੇ ਵਿੱਚ ਮੋਟੀ-ਮੋਟੀ ਇਹਨਾਂ ਦੀ ਪਾਲਿਸੀ ਇਹ ਰਹੀ ਹੈ ਲਾਕਡਾਊਨ ਕਰ ਦਿੰਦੇ ਸੀਗੇ ਹੁਣ ਤਾਂ ਇਹਨਾਂ ਨੇ ਕਿਹਾ ਕਿ ਜਦਕਿ ਲੋਗ ਦਿੱਲੀ ਕਿਸਾਨ ਜਾਂਦੇ ਵੀ ਰਹੇ ਆ ਲੇਕਿਨ ਬਿਮਾਰੀ ਇੰਨੀ ਨਹੀਂ ਸੀ ਫੈਲੀ ਤੇ ਇਹਨਾਂ ਨੇ ਸੋਚਿਆ ਪਤਾ ਨਹੀਂ ਕੀ ਗੱਲ ਹੈ ਸ਼ਾਇਦ ਬਿਮਾਰੀ ਨਹੀਂ ਫੈਲੇਗੀ لیکن ਜਿਹੜਾ ਉਹ ਇੰਗਲੈਂਡ ਤੋਂ ਆਇਆ ਜਿਹਨੂੰ B 1.1.7 ਕਹਿੰਦੇ ਆ ਜਿਹੜੀ ਵੈਰਾਈਟੀ ਵਿਲਾਇਤ ਤੋਂ ਆਈ ਹੈ ਜਿਹੜੀ ਆਪਣੇ ਇੱਥੇ ਜ਼ਿਆਦਾ ਫੈਲੀ ਹੈ ਉਹਦਾ ਅਸਰ ਉਹਦਾ ਫੈਲਣਾ ਜਲਦੀ ਹੋ ਗਿਆ ਸੋ ਇਸ ਕਰਕੇ ਪੰਜਾਬ ਚ ਜੇ 5000 ਰੋਜ਼ ਦੇ ਹਲੇ ਵੀ ਕੇਸ ਆ ਰਹੇ ਆ ਲਾਕਡਾਊਨ ਦੇ ਬਾਅਦ 200 ਬੰਦਾ ਦਿਨ ਦਾ ਮਰ ਰਿਹਾ ਜੇ ਤੁਹਾਡਾ ਜਿਹੜਾ ਮਰਨ ਦਾ ਰੇਟ ਹੈ ਜਦ ਕੀ ਹਿੰਦੁਸਤਾਨ ਦੇ ਵਿੱਚ ਜਿਹੜਾ ਘੱਟ ਤੋਂ ਘੱਟ 1.5 100 ਦੇ ਵਿੱਚੋਂ ਡੇਢ ਕ ਬੰਦੇ ਦੀ ਜਿਹੜੇ ਬਿਮਾਰ ਹੁੰਦੇ ਆ ਮੌਤ ਦੀ ਖਬਰ ਹੈ ਪੰਜਾਬ ਦੇ ਵਿੱਚ ਉਹ ਢਾਈ ਹੈ ਉਹ ਢਾਈ ਕਿਉਂ ਹੈ ਸੋ ਇਸ ਕਰਕੇ ਕਿਸਾਨ ਯੂਨੀਅਨ ਨੇ ਵੀ ਮੇਰੇ ਖਿਆਲ ਇਹ ਅਹਿਸਾਸ ਕੀਤਾ ਕਿ ਇਹ ਮੁੱਦਾ ਦੇਖੋ ਕਾਨੂੰਨਾਂ ਦਾ ਮੁੱਦਾ ਤਾਂ ਹੈ ਹੀ ਹੈ ਕਿਉਂਕਿ ਉਹ ਜੰਗਤ ਦਿੱਲੀ ਦੀ ਸਰਹੱਦ ਤੇ ਲੜ ਰਹੇ ਹੈ ਉਹਨਾਂ ਨੇ ਨਵਾਂ ਫਰੰਟ ਖੋਲ ਲਿਆ ਕਿ ਪਹਿਲਾਂ ਇਹਦੇ ਚ ਇਹ ਕੋਵਿਡ ਦੀ ਵੀ ਗੱਲ ਕਰੋ ਅੱਛਾ ਹੁਣ ਕੋਵਿਡ ਦੀ ਦੋ ਜਿਸ ਕੱਲ ਤੇ ਮੈਨੂੰ ਚਿੰਤਾ ਹੋ ਰਹੀ ਸੀ ਮੈਂ ਉਹਦੇ ਤੇ ਟਵੀਟ ਵੀ ਕੱਲ ਪਰਸੋਂ ਦਾ ਮੈਂ ਲੱਗਿਆ ਵੀ ਹੋਇਆ ਉਸ ਤੇ ਕਿ ਇਹ ਦਿੱਲੀ ਦੀ ਸਰਕਾਰ ਕੋਸ਼ਿਸ਼ ਕਰੇਗੀ ਕਿ ਕੋਵਿਡ ਦਾ ਬਹਾਨਾ ਬਣਾ ਕੇ ਕਿਉਂਕਿ ਬੀਕੇਯੂ ਨੇ ਕਿਉਂਕਿ ਕਿਸਾਨਾਂ ਦੇ ਅੰਦੋਲਨ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ 26 ਤਰੀਕ ਨੂੰ ਇਹਨੂੰ ਵਧਾਵਾਂਗੇ ਜਿਆਦਾ ਬੰਦੇ ਉੱਥੇ ਇਕੱਠੇ ਹੋਵਾਂਗੇ ਤੇ ਉਹਨਾਂ ਉਹਨਾਂ ਨੇ ਇਹ ਪ੍ਰਚਾਰ ਸ਼ੁਰੂ ਕੀਤਾ ਕਿ ਇਹਨਾਂ ਨੂੰ ਵਧਾမ့် ਕੀਤਾ ਜਾਵੇ ਦੇਖੋ ਤੁਸੀਂ ਬਿਮਾਰੀ ਫਲਾਉਂਦੇ ਹੋ ہماری ਪਹਿਲਾਂ ਫੈਲੀ ਹੋਈ ਹੈ ਯੂਪੀ ਫੈਲੀ ਹੋਈ ਹੈ ਦਿੱਲੀਸ਼ ਫੈਲੀ ਹੋਈ ਹੈ ਹਾਲਾਂਕਿ ਦਿੱਲੀਸ਼ ਦਾ ਕੰਟਰੋਲ ਆ ਗਿਆ ਤੁਸੀਂ ਮੰਨਦੇ ਨਹੀਂ ਤੁਸੀਂ ਬੰਦੇ ਆ ਕੇ ਇਹਨੂੰ ਜਿਆਦਾ ਵਧਾਉਣਾ ਚਾਹੁੰਦੇ ਆ ਨਾ ਹੋ ਇਹਦੇ ਚ ਚਿੰਤਾ ਦੀ ਗੱਲ ਇਹ ਸੀ ਕਿ ਕਿਸਾਨਾਂ ਨੂੰ ਥੋੜਾ ਜਿਆਦਾ ਇਹਦੇ ਚ ਹੁਸ਼ਿਆਰ ਹੋ ਕੇ ਜਣਨਾ ਚਾਹੀਦਾ ਮੈਂ ਸੁਝਾਅ ਦਿੱਤਾ ਸੀਗਾ ਕਿ ਉਹ ਬੰਦੇ ਜਿਨ੍ਹਾਂ ਦੇ ਦੋ ਟੀਕੇ ਲੱਗ ਚੁੱਕੇ ਐ ਜੀ ਉਹ ਆ ਜਾਣ ਦੂਜੇ ਬੰਦੇ ਨਾ ਆਣ ਜਿਨ੍ਹਾਂ ਦੇ ਟੀਕੇ ਨਹੀਂ ਲੱਗੇ ਐਸੇ ਬੰਦੇ ਜਿਨ੍ਹਾਂ ਨੂੰ ਬਿਮਾਰੀ ਸੀਰੀਅਸ ਨਹੀਂ ਹੋਈ ਸੀਗੀ ਲੇਕਿਨ ਹੋ ਕੇ हट ਗਈ ਐ ਦੋ ਹਫ਼ਤੇ ਹੋ ਗਏ ਬਿਮਾਰੀ ਦੋ ਹੋਏ ਆਂ ਠੀਕ ਹੋਏ ਆ ਤੁਹਾਨੂੰ 10-12 ਦਿਨ ਹੋ ਗਏ ਐ ਤਾਂ ਹਰੇਕ ਵੇ ਤੁਹਾਨੂੰ 6 ਮਹੀਨੇ ਨਾ ਤੁਹਾਨੂੰ ਬਿਮਾਰੀ ਹੋਏਗੀ ਨਾ ਕਿਸੇ ਨੂੰ ਬਿਮਾਰੀ ਦੇਵੋਗੇ ਤੁਸੀਂ ਜੀ ਇਹ ਜਿਹੇ ਬੰਦੇ ਕਿਉਂਕਿ ਪੰਜਾਬ ਦੇ ਵਿੱਚ ਕੇਸ ਤਾਂ 50000 ਤੋਂ ਜ਼ਿਆਦਾ ਜਿਹੜੇ ਗਿਨੇ ਜਾਂਦੇ ਆ ਤਾਂ ਉਹਨਾਂ ਵਿੱਚ ਇਹੋ ਜਿਹੇ ਬੰਦੇ ਵੀ ਹੋਣਗੇ ਜਿਹੜੇ ਇਸ ਤਰ੍ਹਾਂ ਦੇ ਹੋਣਗੇ ਜ਼ਰੂਰੀ ਨਹੀਂ ਕਿ ਜਿਹੜੇ ਬੰਦੇ ਬਿਮਾਰ ਨਹੀਂ ਹੋਏ ਜਾਂ ਜਿਨ੍ਹਾਂ ਦੇ ਟੀਕੇ ਨਹੀਂ ਲੱਗੇ ਅਸੀਂ ਇਹ ਕਹੀਏ ਕਿ ਨਹੀਂ ਜੀ ਅਸੀਂ ਪਰਵਾਹ ਹੀ ਨਹੀਂ ਕਰਨੀ ਅਸੀਂ ਤਾਂ ਜਾਣਾ ਉਹਦੇ 'ਚ ਦੋ ਨੁਕਸਾਨ ਹੈ ਇੱਕ ਤਾਂ ਸਾਡਾ ਆਪਣਾ ਜਾਨੀ ਨੁਕਸਾਨ ਹੋ ਸਕਦਾ ਹੈ ਨੌਜਵਾਨਾਂ ਦਾ ਕਿਉਂਕਿ ਇਸ ਵੇਲੇ ਬਿਮਾਰੀ ਇਹ ਨੌਜਵਾਨਾਂ 'ਚ ਜ਼ਿਆਦਾ ਫੈਲ ਰਹੀ ਹੈ ਜੀ ਬਜ਼ੁਰਗ ਦੇਖੋ ਮਿਲਕਾ ਸਿੰਘ 90 ਸਾਲ ਦਾ ਆਪਣਾ ਪੁਰਾਣਾ ਹੋਣਾ ਉਹ ਵੀ ਵਿਚਾਰਾ ਹਸਪੀਟਲ 'ਚ ਸੋ ਇਹ ਕਹਿਣਾ ਕਿ ਬਿਮਾਰੀ ਨਹੀਂ ਹੋਊਗੀ ਇਹ ਸਾਇੰਸ ਦੇ ਮੈਡੀਕਲ ਦੇ ਖਿਲਾਫ ਹੈ ਇਹ ਕੋਈ ਪੜ੍ਹੇ ਲਿਖੇ ਬੰਦੇ ਦਾ ਸਿਆਣੇ ਬੰਦੇ ਦੀ ਸੋਚ ਨਹੀਂ ਹੈ ਹੁਣ ਕਿਸਾਨ ਯੂਨੀਅਨ ਨੇ ਵੀ ਜਿਹੜਾ ਫੋਕਸ ਆ ਜਿਹੜਾ 3 ਦਿਨ ਦਾ ਇਹਨਾਂ ਨੇ ਲਗਾ ਲਿਆ ਪਟਿਆਲੇ 'ਚ ਹੁਣ ਦੇਖੋ ਦੋਨੋਂ ਯੂਪੀ 'ਚ ਵੀ ਪੰਜਾਬ 'ਚ ਜੋ ਮਰਜ਼ੀ ਅਸੀਂ ਕਹੀਏ ਮਹੀਨੇ ਬਚੇ ਨੇ 6 ਜੀ ਉਹ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਭਾਵੇਂ ਤੁਸੀਂ ਕਿਸੇ ਪਾਰਟੀ ਨਾਲ ਜੁੜੇ ਹੋਆਂ ਜਾਂ ਨਾ ਜੁੜੇ ਹੋ ਇਹ ਦਾ ਹੁਣ ਜਿਹੜਾ ਸਿੱਧਾ ਰਸਤਾ ਹੈ ਉਹ ਇਲੈਕਸ਼ਨਾਂ ਤੱਕ ਹੀ ਜਾ ਰਿਹਾ ਹੈ ਪੰਜਾਬ ਚ ਵੀ ਇਲੈਕਸ਼ਨਾਂ ਤੱਕ ਹੀ ਜਾ ਰਿਹਾ ਹੈ ਯੂਪੀ ਚ ਵੀ ਜਾ ਰਿਹਾ ਹੈ ਤਾਂ ਇਸ ਕਰਕੇ ਹੁਣ ਇਹ ਸਿਆਸਤ ਤਾਂ ਇਹਦੇ ਚ ਆਏਗੀ ਆਏਗੀ ਭਾਵੇਂ ਤੁਸੀਂ ਕਰੋ ਚਾਹੇ ਨਾ ਕਰੋ ਭਾਵੇਂ ਜਿਹੜਾ ਉਗਰਾਹਨ ਸਾਥ ਦੀ ਜਿਹੜਾ ਜਿਹੜਾ ਗਰੁੱਪ ਹੈ ਜਿਹੜਾ ਸਾਰਿਆਂ ਤੋਂ ਵੱਡਾ ਹੈ ਜਿਹੜਾ ਕਿ ਸਾਰਿਆਂ ਤੋਂ ਜ਼ਿਆਦਾ ਸੰਤੁਲਨ ਨਾਲ ਚੱਲਦਾ ਰਿਹਾ ਹੈ ਔਰ ਕਿਸੇ ਪਾਰਟੀ ਨਾਲ ਨਹੀਂ ਜੁੜਿਆ ਹੋਇਆ ਲੇਕਿਨ ਉਹਨਾਂ ਨੂੰ ਵੀ ਕਿਸੇ ਸਮੇਂ ਵਿਚਾਰ ਕਰਨਾ ਪਏਗਾ ਕਿ ਜਿਹੜੀਆਂ ਸ਼ਕਤੀਆਂ ਪੰਜਾਬ ਦੇ ਵਿੱਚ ਕੋਈ ਨਵੀਆਂ ਉੱਪਰ ਕੇ ਆ ਰਹੀਆਂ ਜਾਂ ਪੁਰਾਨੀਆਂ ਨੇ किस दे पीछे ਤੁਸੀਂ ਆਪਣਾ ਥੋੜਾ ਤੱਕਾ ਲਗਾਣਾ ਹੈ ਤਾਂ ਕਿ ਪੰਜਾਬ ਚ ਜਦ ਤਾਈ ਕੋਈ ਐਸੀ ਸਰਕਾਰ ਨਹੀਂ ਆਏਗੀ ਐਸੇ ਨੇਤਾ ਨਹੀਂ ਆਣਗੇ ਜਿਹੜੇ ਜਿਨ੍ਹਾਂ ਦੀ ਸੋਚ ਦੇ ਨਾਲ ਥੋੜੀ ਸੋਚ ਮਿਲਦੀ ਹੋਵੇ ਔਰ ਜਿਹੜੇ ਤੁਸੀਂ ਸਮਝੋ ਕਿ ਪੰਜਾਬ ਨੂੰ ਅੱਗੇ ਦੂਰ ਅੰਦੇਸ਼ੀ ਨਾਲ ਚਲਾ ਸਕਦੇ ਹੈ ਤਾਂ ਇਹ ਕਹਿਣਾ ਕਿ ਅਸੀਂ ਸਿਆਸਤ ਚ ਨਹੀਂ ਆਵਾਂਗੇ ਉਹਦਾ ਕੋਈ ਫਾਇਦਾ ਨਹੀਂ ਹੋਏਗਾ ਉਹ ਇਸ ਕਰਕੇ ਪਟਿਆਲੇ ਚ ਜਿਹੜਾ ਇਹ ਕੰਮ ਚੱਲ ਪਿਆ ਕਿਉਂਕਿ ਉਹਨਾਂ ਨੇ ਮੁੱਦਾ ਉਠਾ ਲਿਆ ਮਹਾਮਾਰੀ ਦਾ ਕੋਵਿਡ ਦਾ ਜੀ ਔਰ ਉਹ ਕੈਪਟਨ ਸਾਹਿਬ ਨੂੰ ਉਸ ਚੀਜ਼ ਸਿੱਧੀ ਕੈਪਟਨ ਸਾਹਿਬ ਤੇ ਆਉਂਦੀ ਹੈ ਕਿਉਂਕਿ ਉਹਨਾਂ ਦੀ ਹੈਂਡਲਿੰਗ ਤੇ ਆ ਜਾਂਦੀ ਹੈ ਕਿ ਤੁਸੀਂ ਕਿਵੇਂ ਕੀਤਾ ਉਹ ਉਹ ਕਹਿ ਰਿਹਾ ਕਿ ਪਿੰਡਾਂ ਦੇ ਵਿੱਚ ਇਲਾਜ ਠੀਕ ਨਹੀਂ ਹੋ ਰਿਹਾ ਗਵਰਨਮੈਂਟ ਹਸਪਤਲਾਂ 'ਚ ਠੀਕ ਨਹੀਂ ਹੋ ਰਿਹਾ ਪ੍ਰਾਈਵੇਟ ਹਸਪਤਲਾਂ ਨੂੰ ਤੁਸੀਂ ਉਹ ਜਿਹੜੀਆਂ ਮਸ਼ੀਨਾਂ ਸਗੀਆਂ ਪ੍ਰਾਈਵੇਟ ਹਸਪਤਲਾਂ ਨੂੰ ਦੇਤੀਆਂ ਪ੍ਰਾਈਵੇਟ ਵਾਲੇ ਤਾਂ ਪੈਸੇ ਲੈਂਦੇ ਲੈਂਦੇ ਐ ਸੋ ਇਸ ਕਰਕੇ ਇਹ ਨਿਸ਼ਾਨਾ ਉਹਨਾਂ ਨੇ ਬਣਾ ਲਿਆ ਪੰਜਾਬ ਸਰਕਾਰ ਨੂੰ ਇਸ ਕਰਕੇ ਕਿ ਇਹ ਦੇਖੋ ਕਾਨੂੰਨ ਤਾਂ ਜਿਹੜੇ ਹੈਗੇ ਹੈਗੇ ਖੇਤਾ ਖੇਤੀਬਾੜੀ ਦੇ ਉਹ ਤਾਂ ਅਸੀਂ ਲੜਾਈ ਲੜ ਰਹੇ ਆਂ ਲੇਕਿਨ ਕਾਨੂੰਨਾ ਤੋਂ ਪਹਿਲਾਂ ਇਹ ਕੋਵਿਡ ਦੀ ਜਿਹੜੀ ਲੜਾਈ ਹੈ ਜਿਹੜੀ ਮਹਾਮਾਰੀ ਦੀ ਲੜਾਈ ਹੈ ਇਹਦੇ ਵਿੱਚ ਉਹ ਪ੍ਰਕਾਸ਼ ਕਰਨਾ ਚਾਹੁੰਦੇ ਐ ਪੰਜਾਬ ਸਰਕਾਰ ਦਾ ਕੀ ਇਹ ਰਚ ਰੋਲ ਰਿਹਾ ਹੈ ਔਰ ਕਿਉਂ ਇਹ ਠੀਕ ਹੈਂਡਲ ਕਰ ਪਾਏ ਆ ਜਾਂ ਨਹੀਂ ਠੀਕ ਹੈਂਡਲ ਕਰ ਪਾਏ ਜੀ ਇਹ ਸਰਦਾਰ ਸਾਹਿਬ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਦਾ ਤੁਸੀਂ ਨਾਮ ਲਿਆ ਉਹਨਾਂ ਦੇ ਸਾਥੀ ਨੇ ਸੁਖਦੇਵ ਸਿੰਘ ਕੋਕਰੀ ਕਲਾ ਇਹ ਲੋਕ ਮਾਲਵੇ ਖਿੱਤੇ ਦੇ ਵਿੱਚ ਇੱਕ ਸਮਾਨੰਤਰ ਸਰਕਾਰ ਚਲਾਉਣ ਵਾਂਗ ਸੀਗੇ ਇਨਾਂ ਦਾ ਜਥੇਬੰਦਕ ਪ੍ਰਬੰਧ ਬੜਾ ਘੈਂਟ ਰਿਆ ਔਰ ਇਹਨਾਂ ਲੋਕਾਂ ਨੇ ਜਿਹੜੀਆਂ ਕਿਸਾਨੀ ਦੀਆਂ ਲੜਾਈਆਂ ਇੱਕਾ ਦੁੱਕਾ ਨਹੀਂ ਕਈ ਲੜੀਆਂ ਲਗਾਤਾਰ ਸਰਗਰਮ ਸੀ ਹੁਣ ਵੀ ਜਦੋਂ ਇਹ ਅੰਦੋਲਨ ਮੂਵ ਕਰਦਾ ਦਿੱਲੀ ਨੂੰ ਤੇ ਤੁਹਾਨੂੰ ਸ਼ਾਇਦ ਯਾਦ ਹੋਊਗਾ ਕਿ ਜਦੋਂ ਇਹ ਕੁਝ ਘੰਟੇ ਦੇਰੀ ਨਾਲ ਚੱਲੇ ਸੀ ਇਹ ਪਹਿਲਾਂ ਸਰਹੱਦ ਤੇ ਬਹਿਗੇ ਸੀ ਪੰਜਾਬ ਦੀ ਤੇ ਜਦੋਂ ਲੋਕਾਂ ਦਾ ਪ੍ਰੈਸ਼ਰ ਬਣਿਆ ਫਿਰ ਇਹ ਵਧੇ ਲੇਕਿਨ ਜਦੋਂ ਇਹ ਦਿੱਲੀ ਤੋਂ 20-25 ਕਿਲੋਮੀਟਰ ਉਰੇ ਸੀ ਉਦੋਂ ਹੀ ਇਹਨਾਂ ਨੂੰ ਦੇਸ਼ ਦੇ ਗ੍ਰਹਿ ਮੰਤਰੀ ਨੇ ਟੈਲੀਫੋਨਿਕਲ ਸ਼ਾਇਦ ਉਦੋਂ ਸਭ ਤੋਂ ਵੱਧ ਚਰਚਤ ਇਹੀ ਗੱਲ ਹੋਈ ਸੀ ਜੇ ਜੁਗਿੰਦਰ ਸਿੰਘ ਗ੍ਰਾਹਾਂ ਨਾਲ ਗੱਲ ਚਲਾਉਣ ਲੱਗ ਗਈ ਗਵਰਨਮੈਂਟ ਅਮਿਤ ਸ਼ਾਹ ਨੇ ਸੱਦਾ ਕਿਹਾ ਸੀ ਕਿ ਤੁਸੀਂ ਨਾ ਆਓ ਅਸੀਂ ਤੁਹਾਡੇ ਨਾਲ ਗੱਲ ਕਰਨ ਲਈ ਤਿਆਰ ਆ ਅੱਜ ਵੀ ਸਭ ਤੋਂ ਵੱਧ ਗਿਣਤੀ ਇਹਨਾਂ ਲੋਕਾਂ ਦੀ ਉੱਥੇ ਇਹਨਾਂ ਦਾ ਅਚਨਚੇਤ ਕਿਸਾਨੀ ਦੇ ਨਾਲ ਨਾਲ ਕਿਸਾਨੀ ਦੇ ਨਾਲ ਨਾਲ ਇਹਨਾਂ ਦਾ ਅਚਨਚੇਤ ਪਟਿਆਲੇ ਦੇ ਵਿੱਚ ਕੋਵਿਡ ਨੂੰ ਲੈ ਕੇ ਮਹਾਮਾਰੀ ਨੂੰ ਲੈ ਕੇ ਲੋਕਾਂ ਦੇ ਸੰਘਰਸ਼ ਵਿੱਚ ਸ਼ਾਮਲ ਕਰਨਾ ਲੋਕਾਂ ਦੀ ਲੋੜਾਂ ਅਨੁਸਾਰ ਇਸ ਬਿਮਾਰੀ ਤੇ ਲੜਾਈ ਲੜਨੀ ਸ਼ੁਰੂ ਕਰ ਦੇਣੀ ਔਰ ਕੈਪਟਨ ਅਮਰਿੰਦਰ ਸਿੰਘ ਦਾ ਇਹ ਕਹਿਣਾ ਕਿ ਮੈਂ ਤੁਹਾਡੀ ਸਦਾ ਮਦਦ ਕੀਤੀ ਮੈਂ ਕਿਸਾਨੀ ਅੰਦੋਲਨ ਨੂੰ ਸਪੋਰਟ ਕੀਤਾ ਤੁਹਾਨੂੰ ਮੈਨੂੰ ਸਪੋਰਟ ਕਰਨਾ ਚਾਹੀਦਾ ਤੁਹਾਨੂੰ ਇੰਜ ਨਹੀਂ ਕਰਨਾ ਚਾਹੀਦਾ ਇਹਦਾ ਮਤਲਬ ਉਹ ਗ੍ਰਾਹਕਾਂ ਜਿਹੜੇ ਕਿਸੇ ਵੀ ਜਥੇਬੰਦੀ ਨੂੰ ਸਪੋਰਟ ਨਹੀਂ ਕਰਦੇ ਸਿਆਸੀ ਜਥੇਬੰਦੀ ਨੂੰ ਜਿਹੜੇ ਕਿਸੇ ਇਲੈਕਸ਼ਨ ਪ੍ਰੋਸੈਸ ਦਾ ਹਿੱਸਾ ਹੋਣ ਤੋਂ ਇਨਕਾਰੀ ਨੇ ਹੁਣ ਤੱਕ ਜਿਹੜੇ ਕਹਿੰਦੇ ਮੈਂ ਕਿਸੇ ਤਰ੍ਹਾਂ ਦੀ ਸਿਆਸਤ ਵਿੱਚ ਨਹੀਂ ਪੈਣਾ ਮੈਂ ਕੋਈ ਚੋਣ ਨਹੀਂ ਲੜਨੀ ਉਹ ਤੁਹਾਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਲਈ ਖਤਰਾ ਬਣ ਸਕਦੇ ਆ ਜਨਾਂ ਦੀਆਂ ਪਿੰਡਾਂ ਚ ਡੂੰਗੀਆਂ ਜਿਹੜਾ ਉਹੀ ਲੋਕ ਸਿਆਸੀ ਪਾਰਟੀਆਂ ਦੇ ਵਰਕਰ ਹੁੰਦੇ ਉਹੀ ਇਹਨਾਂ ਦੇ ਵਰਕਰ ਹੁੰਦੇ ਆ ਸਦੋਂ ਜਦੋਂ ਇਹ ਖੜੇ ਹੋ ਜਾਣਗੇ ਸਿਆਸੀ ਤੌਰ ਤੇ ਤਾਂ ਫਿਰ ਸਿਆਸੀ ਲੋਕਾਂ ਨੂੰ ਜਿਨ੍ਹਾਂ ਨੇ ਅਜਾਰੇਦਾਰੀ ਬਣਾ ਲਈ ਆ ਭੱਜਦੇ ਆ ਰਾਹ ਨਹੀਂ ਲੱਭਣਗੇ ਤੇ ਤਕਲੀਫ ਹੋ ਜੂਗੀ ਲੜਾਈ ਕਿਸਾਨੀ ਨਾਲ ਲੜਨੀ ਉਨੀ ਔਖੀ ਆ ਜਿੰਨੀ ਸਮਰੱਥ ਲੋਕਾਂ ਨਾਲ ਲੜਨੀ ਦੇਖੋ ਲੜਾਈ ਪਿਛਲੀ ਬਾਰ ਵੀ ਜੇ ਤੁਸੀਂ ਦੇਖੋ ਮਾਲਵੇ ਚ ਹੀ ਹੋਈ ਹੈ ਲੜਾਈ ਤਾਂ ਸੀਟਾਂ ਕਿਉਂਕਿ 60 ਦੇ ਆਸ-પાસ ਸੀਟਾਂ ਔਰ ਮਾਲਵੇਚ ਲੜੀਆਂ ਜਾਂਦੀ ਆ ਅੱਧ ਤਕਰੀਬਨ ਅੱਧ ਨਾਲੋਂ ਜ਼ਿਆਦਾ ਨਹੀਂ ਜਿਹੜੀਆਂ ਮਾਲਵੇਦੀਆਂ ਸੀਟਾਂ ਔਰ ਮਾਲਵੇਦ ਵਿੱਚ ਬੀਕੇ ਯੂ ਦਾ ਜਿਹੜਾ ਪੁਰਾਣਾ ਜ਼ੋਰ ਹੈ ਉਹ ਸੰਗਰੂਰ ਚ ਬਠਿੰਡੇ ਚ ਪਟਿਆਲੇ ਚ ਸ਼ਾਇਦ ਥੋੜਾ ਘੱਟ ਹੋਵੇ ਸੋ ਇਸ ਕਰਕੇ ਇਹਨਾਂ ਦਾ ਪਟਿਆਲੇ ਚ ਆਣਾ ਇੱਕ ਤਰੀਕੇ ਨਾਲ ਕੈਪਟਨ ਸਾਹਿਬ ਨੂੰ ਸਿੱਧੀ ਚੁਣੌਤੀ ਹੈ ਕਿਉਂਕਿ ਇਹ ਤਾਂ ਹੁਣ ਕੈਪਟਨ ਸਾਹਿਬ ਦੇ ਕਿਲੇ ਚ ਆ ਕੇ ਇਹਨਾਂ ਨੇ ਆਪਣਾ ਝੰਡਾ ਗੜਿਆ ਕਿਲੇ ਦੇ ਬਾਹਰ ਨਹੀਂ ਤਾਂ ਇਹ ਸੰਗਰੂਰ ਤੇ ਬਠਿੰਡੇ ਤੇ ਉਧਰਲੇ ਏਰੀਆ ਚ ਜਾਦਾ ਇਹਨਾਂ ਦੀ ਜਿਹੜੀ ਐਮਐਨਏ ਤੇ ਇਹਨਾਂ ਦੀ ਸਪੋਰਟ ਸੀਗੀ ਉਹ ਹੈਗੀ ਆ ਤੇ ਜੇ ਤੁਸੀਂ ਪਟਿਆਲਾ ਵੀ ਗਿਣ ਲਓ ਫਿਰ ਤਾਂ ਸਾਰਾ ਹੀ ਮਾਲਵਾ ਇਹਦੇ ਚ ਆ ਗਿਆ ਔਰ ਇਹ ਤੈ ਕਰੇਗਾ ਕਿ ਅਗਲੇ ਇਲੈਕਸ਼ਨ ਦਾ ਨਤੀਜਾ ਕੀ ਹੁੰਦਾ ਸੋ ਕੈਪਟਨ ਸਾਹਿਬ ਤੇ ਇਸ ਕਰਕੇ ਦੂਰੀ ਉਹਨਾਂ ਤੇ ਪ੍ਰੈਸ਼ਰ ਪੈ ਰਿਹਾ ਇੱਕ ਤਾਂ ਪਾਰਟੀ ਦੇ ਅੰਦਰੋਂ ਪੈ ਰਿਹਾ ਜਿਹੜੀ ਬਗਾਵਤ ਕੀਤੀ ਹੋਈ ਹੈ ਸਿੱਧੂ ਸਾਹਿਬ ਨੇ ਫਿਰ ਪ੍ਰਗਟ ਸਿੰਘ ਜੀ ਨੇ ਫਿਰ ਉਹਦੇ ਚ ਯੂ ਨੋ ਹੋਰ ਲੀਡਰ ਕੁਝ ਇਕੱਠੇ ਹੋ ਗਏ ਫਿਰ ਸੋਹਜਿੰਦਰ ਸਿੰਘ ਰੰਧਾਵਾ ਜੀ ਰੰਧਾਵਾ ਸਾਹਿਬ ਵੀ ਨਾਰਾਜ਼ ਨੇ ਪਹਿਲਾ ਪਿਛਲੇ 4 ਸਾਲਾਂ ਚ ਕਦੇ ਨਹੀਂ ਹੋਇਆ ਕਿ 4 3 4 ਵੱਡੇ ਲੀਡਰ ਕਾਂਗਰਸ ਦੇ ਸਖਤ ਨਾਰਾਜ਼ ਹੋਣ ਔਰ ਇਕੱਠੇ ਹੋ ਕੇ ਮੀਟਿੰਗ ਆਕਰਨ ਸੋ ਇੱਕ ਤਾਂ ਅੰਦਰੋਂ ਫੁੱਟ ਪਈ ਹੈ ਔਰ ਫੁੱਟ ਪਾ ਕੇ ਵੱਧ ਰਹੀ ਹੈ ਔਰ ਦੂਜੀ ਇਹ ਬਾਹਰਲੇ ਪਾਸਿਓਂ ਬੀਕੇ ਯੂ ਨੇ ਕੰਟੀ ਖੜਕਾਤੀ ਕਿਲੇ ਦੇ ਬਾਹਰ ਕਿ ਤੁਸੀਂ ਸਰਕਾਰ ਠੀਕ ਨਹੀਂ ਚਲਾ ਰਹੇ ਮਹਾਮਾਰੀ ਜਿਹੜੀ ਆਮ ਪੰਜਾਬੀ ਕਿਸਾਨ ਪਿੰਡ ਵਾਲੇ ਨੂੰ ਦੁੱਖ ਦੇਈ ਹੈ ਜ਼ੁਯੋਦੇਤੇ ਕਦਮ ਠੀਕ ਨਹੀਂ ਉਠਾਏ ਇਸ ਕਰਕੇ ਅਸੀਂ 3 ਦਿਨ ਦਾ ਕਰ ਰਹੇ ਹਾਂ ਅੱਛਾ ਇਹੀ ਮੁੱਦਾ ਦਿੱਲੀ ਪਹੁੰਚੇਗਾ ਇਹੀ ਦਿੱਲੀ ਤੋਂ ਹੋ ਕੇ ਯੂਪੀ ਚ ਜਾਏਗਾ ਸੋ ਇਹ ਇਕੱਲਾ ਮੁੱਦਾ ਇੱਥੇ ਦਾ ਨਹੀਂ ਹੈ ਇਹ ਕਿਸਾਨਾਂ ਦਾ ਜਿਹੜਾ ਇਹ ਮਹਾਮਾਰੀ ਨੂੰ ਹੈਂਡਲ ਕਰਨ ਦਾ ਇਹ ਯੋਗੀ ਨੂੰ ਵੀ ਉੱਥੇ ਦੁੱਖ ਦੇ ਹੈ ਕਿਉਂਕਿ ਉੱਥੇ ਵੀ ਇਹ ਸਵਾਲ ਪੁੱਛੇ ਜਾਣਗੇ ਕਿ ਤੁਸੀਂ ਯੂਪੀ ਦੇ ਵਿੱਚ ਜਿੰਨਾ ਮਰਜੀ ਛੁਪਾ ਲਓ ਜਿਹੜਾ ਜਾਨੀ ਨੁਕਸਾਨ ਹੋਇਆ ਉਹ ਕਿਉਂ ਹੋਇਆ ਕਿਉਂ ਲੋਕਾਂ ਨੂੰ ਵਿਚਾਰਿਆਂ ਨੂੰ ਜਲ ਪ੍ਰਵਾਹ ਕਰਨੀਆਂ ਪਈਆਂ ਆਪਣੀਆਂ ਬਾਡੀਆਂ ਤੁਸੀਂ ਇਲਾਜ ਨਹੀਂ ਕਰਾ ਸਕੇ ਔਰ ਸਾਨੂੰ ਪਤਾ ਹੀ ਨਹੀਂ ਕਿ ਪਿੰਡਾਂ ਦੇ ਵਿੱਚ ਕਿੰਨਾ ਜਾਨੀ ਨੁਕਸਾਨ ਹੋਇਆ ਆ ਜਿਹੜੇ ਬਾਹਰਲੀਆ ਇਕਨੋਮਿਸਟ ਮੈਗਜ਼ੀਨ ਹੈ ਦੂਜੀਆਂ ਮੈਗਜ਼ੀਨਾਂ ਹੈ ਉਹਨਾਂ ਨੇ ਹਿਸਾਬ ਲਾਇਆ ਹੈ ਉਹ ਕਹਿੰਦੇ ਆ ਸ਼ਾਇਦ ਹਿੰਦੁਸਤਾਨ ਦੇ ਵਿੱਚ ਐਸ ਵੇਲੇ 10 ਲੱਖ ਬੰਦਾ ਹੁਣ ਤਾਂ ਹੀ ਮਰ ਚੁੱਕੇ ਆ ਸੋ ਇਸ ਕਰਕੇ 3 ਤੋਂ 7 ਗੁਣਾ 6 ਜਾਂ 7 ਗੁਣੀ ਹੈ ਨਫੀ ਇਸ ਕੱਲ ਦੀ ਜਿਹੜੇ ਮਰੇ ਨੇ ਜਿਹੜੇ ਦੱਸੇ ਜਾਂਦੇ ਆ ਲੋਕਾਂ ਦੇ ਹਿਸਾਬ 'ਚ ਆ ਉਹ ਫਰਕ ਲੇਕਿਨ ਜਦ ਤੁਸੀਂ ਐਕਚੁਅਲੀ ਅੱਛਾ ਐਵੇਂ ਸ਼ਮਸ਼ਾਨ ਘਾਟ 'ਚ ਜਾ ਕੇ ਲੋਕਾਂ ਨੇ ਜਿਹੜੇ ਜਰਨਲਿਸਟ ਨੇ ਗਿਣਤੀਆਂ ਕੀਤੀਆਂ ਉਹ ਕਹਿੰਦੇ ਸਰਕਾਰ ਤਾਂ ਕਹਿੰਦੀ ਹੈ ਜੀ ਅੱਜ 10 ਮਰੇ ਉਹ ਕਹਿੰਦੇ ਇੱਥੇ ਸਾਡੇ ਕਿਊ ਲੱਗੀ ਹੋਈ ਹੈ ਸਵੇਰ ਦੀ ਐਨੇ ਬੰਦੇ ਕਦੇ ਆਏ ਨਹੀਂ ਅਸੀਂ ਦਫਨਾਏ ਨਹੀਂ ਇੱਥੇ ਤਾਂ ਇਸ ਕਰਕੇ ਸਰਕਾਰ ਕਿੰਨਾ ਚਿਰ ਛੁਪਾਏਗੀ ਮੋਦੀ ਸਰਕਾਰ ਜਾਂ ਯੂ نو ਸੂਬਿਆਂ ਦੀਆਂ ਸਰਕਾਰਾਂ ਇਹ ਕਿੰਨਾ ਚਿਰ ਛੁਪਾਣ ਗਏ ਇਹ ਚੀਜ਼ਾਂ ਨੂੰ ਸੋ ਉਸ ਚੀਜ਼ ਤੇ ਪੰਜਾਬ ਦੇ ਵਿੱਚ ਬੀਕਯੂ ਨੇ ਇਹਦੇ ਤੇ ਸਪੌਟਲਾਈਟ ਪਾਤੀ ਹੈ ਇਹੀ ਸਪੌਟਲਾਈਟ ਅੱਗੇ ਪੈਣੀ ਹੈ ਪਰ ਇਸ ਚੀਜ਼ ਜਿਹੜਾ ਸੁਭਾਅ ਮੈਂ ਸੁਝਾਅ ਕਹਿ ਰਿਹਾ ਹਾਂ ਕਿ ਇਹਨਾਂ ਨੂੰ ਇਸ ਤੋਂ ਬਚਣਾ ਚਾਹੀਦਾ ਕਿਉਂਕਿ ਸੈਂਟਰ ਦੀ ਗਵਰਨਮੈਂਟ ਇਹਨਾਂ ਤੇ ਪ੍ਰੋਪਾਗੈਂਡਾ ਇਸ ਚੀਜ਼ ਦਾ ਕਰੇਗੀ ਕਿ ਇਹ ਬਿਮਾਰੀ ਲੈ ਕੇ ਬਾਰਡਰ ਤੇ ਆ ਰਹੇ ਆ ਸੋ ਇਹ ਗੱਲ ਜੇ ਤੁਸੀਂ ਦਿੱਲੀ ਦੇ ਆਸ-ਪਾਸ ਵਧਾਉਂਗੇ ਔਰ ਜਿਵੇਂ-ਜਿਵੇਂ ਇਲੈਕਸ਼ਨ ਅਗਲੀ ਯੂਪ ਦੇ ਦੂਜੀ ਨੇੜੇ ਆਏਗੀ ਤਾਂ ਇਸ ਕਰਕੇ ਮੇਰਾ ਸੁਝਾਅ ਇਹ ਹੈ ਕਿ ਜਿਹੜੇ ਟੀਕੇ ਲੱਗਣੇ ਆ ਜਿਹਦੇ ਕੀ ਕੇਂਦਰ ਸਰਕਾਰ ਦੀ ਬਹੁਤ ਸਖਤ ਕਮਜ਼ੋਰੀ ਹੈ ਇਹਨਾਂ ਨੇ ਆਰਡਰ ਨਹੀਂ ਉਹਨਾਂ ਦੇ ਪਲੇਸ ਕੀਤੇ ਹੁਣ ਵਿਦੇਸ਼ ਮੰਤਰੀ ਨੂੰ ਉੱਥੇ ਭੇਜਿਆ ਹੋਇਆ ਉਹ ਕੀ ਕਰੇਗਾ ਅਜਾ ਹੁਣ ਪੰਜਾਬ ਨੂੰ ਵੀ ਲਿਖ ਕੇ ਦੇ ਦਿੱਤਾ ਦਿੱਲੀ ਨੂੰ ਵੀ ਲਿਖ ਦਿੱਤਾ ਦੋ ਅਮਰੀਕਾ ਦੇ ਜਿਹੜੀਆਂ ਵੱਡੀਆਂ ਕੰਪਨੀ ਐ ਮੋਡਰਨਾ ਤੇ ਫਾਈਜ਼ਰ ਉਹ ਕਹਿੰਦੇ ਜੀ ਅਸੀਂ ਤਾਂ ਕੇਂਦਰ ਸਰਕਾਰ ਨੂੰ ਦੇਵਾਂਗੇ ਸੂਬਿਆਂ ਦੀਆਂ ਸਰਕਾਰਾਂ ਨਾਲ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਨੂੰ ਲਿਖਤ ਚ ਚਾਹੀਦਾ ਕਿ ਜੇ ਕੱਲ ਨੂੰ ਕੋਈ ਐਸਾ ਹਾਦਸਾ ਹੋ ਜਾਂਦਾ ਹੈ ਇਹ ਟੀਕਾ ਠੀਕ ਨਹੀਂ ਲੱਗਦਾ ਕਿਸੇ ਨੂੰ ਤਾਂ ਉਹਨਾਂ ਦੀ ਲਾਇਬਿਲਿਟੀ ਨਹੀਂ ਹੋਊਗੀ ਉਹਨਾਂ ਦੇ ਕੋਈ ਕੇਸ ਨਹੀਂ ਕਰੂਗਾ ਸੋ ਇਸ ਕਰਕੇ ਕੇਂਦਰ ਸਰਕਾਰ ਵੀ ਭੱਜੀ ਫਿਰ ਰਹੀ ਹੈ ਲੇਕਿਨ ਇਨਾਂ ਕੋਲ ਅਗਸਤ ਸਤੰਬਰ ਤੋਂ ਪਹਿਲਾਂ ਟੀਕਿਆਂ ਦਾ ਕੋਈ ਸਾਧਨ ਹੈ ਨਹੀਂ ਪੰਜਾਬ ਦੇ ਵਿੱਚ ਸਾਧਨ ਕਰਨਾ ਚਾਹੀਦਾ ਮੈਂ ਸੁਝਾਅ ਦੇਵਾਂਗਾ ਕਿ ਇਹ ਇੱਕ ਇੱਕ ਇਹ ਪੈਸੇ ਇਕੱਠੇ ਸ਼ੁਰੂ ਕਰਨ ਮੈਂ ਪਹਿਲ ਕਰਨ ਨੂੰ ਤਿਆਰ ਹਾਂ ਮੈਂ 50000 ਰੁਪਿਆ ਦੇਣ ਨੂੰ ਸ਼ੁਰੂ ਚ ਤਿਆਰ ਹੈ ਇਹ ਬੀਕੇਓ ਵਾਲੇ ਲੈ ਲੈਣ ਇਕੱਠੇ ਕਰਕੇ ਕਿਸਾਨਾਂ ਦੇ ਟੀਕੇ ਲਗਾਉਣੇ ਸ਼ੁਰੂ ਕਰਨ ਇਹ ਪ੍ਰਾਈਵੇਟ ਹਸਪੀਟਲ ਨਾਲ ਗੱਲ ਕਰ ਲੈਣ ਪ੍ਰਾਈਵੇਟ ਹਸਪੀਟਲ ਨੂੰ ਕਹਿਣ ਜੀ ਸਾਡੇ ਜਿਹੜੇ ਬੰਦੇ ਇਹਦੇ ਵਿੱਚ ਹਿੱਸਾ ਲੈ ਰਹੇ ਨੇ ਅੰਦੋਲਨ ਚ ਉਹਨਾਂ ਦੇ ਪਹਿਲਾਂ ਟੀਕਾ ਲਾਓ ਜੇ ਸਾਡੀ ਸਰਕਾਰ ਨੇ ਨਹੀਂ ਲਾਉਣਾ ਅਸੀਂ ਆਪੇ ਲਗਾ ਕੇ ਭੇਜੀਏ ਲੇਕਿਨ ਉਹਨਾਂ ਦੀ ਸੇਤ ਨੂੰ ਉਹਨਾਂ ਦੀ ਜਾਨ ਨੂੰ ਖਤਰੇ 'ਚ ਨਹੀਂ ਪਾਣਾ ਚਾਹੀਦਾ ਅੰਦੋਲਨ ਨਾਲੋਂ ਵੱਡੀ ਚੀਜ਼ ਹੈ ਤੁਹਾਡੀ ਆਪਣੀ ਲਾਈਫ ਉਹ ਵੀ ਜ਼ਰੂਰੀ ਹੈ ਕਿਉਂਕਿ ਅੰਦੋਲਨ ਕਿਸੇ ਮਤਲਬ ਲਈ ਹੈ ਉਹ ਮਤਲਬ ਹੈਗਾ ਕਿ ਸਾਡੀ ਖੁਸ਼ਹਾਲੀ ਆਏ ਲੇਕਿਨ ਜੇ ਬੰਦਾ ਹੀ ਨਹੀਂ ਰਿਹਾ ਤਾਂ ਖੁਸ਼ਹਾਲੀ ਕਿੱਥੋਂ ਆਏਗੀ ਇਹ ਇਹ ਸਰਦਾਰ ਸਾਹਿਬ ਦੀ ਤਰਜੀਹ ਪਹਿਲ ਜਿਹੜੀ ਬੜੀ ਚੰਗੀ ਲੱਗੀ ਹੈ ਕਿ ਇਹ ਆਪਣੀ ਜੇਬ ਚੋਂ 50000 ਰੁਪਏ ਦੇ ਕੇ ਇਸ ਮਹਿੰਮ ਨੂੰ ਸ਼ੁਰੂ ਕਰਨ ਦਾ ਹਿੱਸਾ ਪਾਉਣਾ ਚਾਹੁੰਦੇ ਆ ਕਿ ਕਿਸਾਨਾਂ ਨੂੰ ਜੇ ਸਰਕਾਰ ਨਹੀਂ ਸਮਰੱਥ ਤਾਂ ਆਪੇ ਪੈਸੇ ਇਕੱਠੇ ਕਰਕੇ ਟੀਕੇ ਲਵਾ ਦਈਏ ਤਾਂ ਕਿ ਆਪਣੇ ਜੀ ਵੈਸੇ ਹੀ ਅੰਦੋਲਨਾਂ ਦੇ ਮਾਰੇ ਹੋਇਆ ਇਹ ਸੱਚੀਓ ਜਿੰਦਗੀ ਤੋਂ ਹੱਥ ਨਾ ਧੋ ਲੈਣ ਸਰਦਾਰ ਸਾਹਿਬ ਆਖਰੀ ਸਵਾਲ ਮੈਂ ਲੰਬਾ ਨਹੀਂ ਖਿੱਚੂੰਗਾ ਅੱਜ ਕਿਉਂਕਿ ਨਾਜ਼ੁਕ ਮਸਲਾ ਹੈ ਅਸੀਂ ਇੱਧਰ ਉੱਧਰ ਦੀ ਗੱਲ ਨਹੀਂ ਕਰਨੀ ਮੇਰਾ ਇਹ ਸਵਾਲ ਆ ਕਿ ਜਿਹੜਾ 31 ਕਿਸਾਨ ਜਥੇਬੰਦੀਆਂ ਨੇ ਜਾਂ ਸੰਯੁਕਤ ਮੋਰਚਾ ਕਿਸਾਨਾਂ ਨੇ ਜਿਹੜਾ ਬਣਾਇਆ ਸੀ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਪਿਛਲੇ ਦਿਨਾਂ ਚ ਪੱਤਰ ਲਿਖਤਾ ਕਿ ਤੋਂ ਸੇ ਗੱਲਬਾਤ ਸ਼ੁਰੂ ਕਰੋ ਜਿਹੜੀ ਅੰਦਰਲੀ ਕੋਸਮਸ ਹੁੰਦੀ ਸੀ ਜਿਹੜੀ ਲੋਕਾਂ ਦੇ ਅੰਦਰ ਇੱਕ ਸਰਗੋਸ਼ੀ ਸੀ ਉਹ ਇਹ ਸੀ ਕਿ ਇਹ ਸ਼ਾਇਦ ਪ੍ਰਧਾਨ ਮੰਤਰੀ ਨੇ ਵਾਇਆ ਮੀਡੀਆ ਜਾਂ ਬੀਜੇਪੀ ਗਵਰਨਮੈਂਟ ਨੇ ਕਿਸਾਨਾਂ ਨੂੰ ਕਨਵਿੰਸ ਕਰ ਲਿਆ ਕਿ ਸਹਿਮਤ ਕਰ ਲਿਆ ਕਿ ਤੁਸੀਂ ਮੰਗ ਰੱਖੋ ਅਸੀਂ ਆਪਣੇ ਆਪ ਗੱਲ ਸ਼ੁਰੂ ਕਰਦੇ ਆ ਉਹਦੇ ਨਾਲੋਂ ਤੁਸੀਂ ਕਹੋ ਕਿ ਗੱਲਬਾਤ ਸ਼ੁਰੂ ਹੋਵੇ ਸੋ ਜੇਕਰ ਆਲਰੇਡੀ ਕੋਈ ਕਿਸੇ ਤਰ੍ਹਾਂ ਤਲ ਤੇ ਸਹਿਮਤੀ ਬਣੀ ਹੋਈ ਆ ਜਾਂ ਬਣ ਲਈ ਤਿਆਰ ਆ ਤੁਹਾਨੂੰ ਲੱਗਦਾ ਕਿ ਸਰਕਾਰ ਇਸ ਮੂਮੈਂਟ ਇਸ ਮੌਕੇ ਤੇ ਬਿੱਲ ਵਾਪਸ ਲੈਣ ਲਈ ਜਾਂ ਇਹਨਾਂ ਨੂੰ ਵੱਟੇ ਖਾਤੇ ਪਾਉਣ ਲਈ ਲੰਬੇ ਸਮੇਂ ਲਈ ਪੈਂਡਿੰਗ ਕਰ ਦੇਣ ਲਈ ਜਾਂ ਸੁਪਰੀਮ ਕੋਰਟ ਦਾ ਦਖਲ ਵਿੱਚ ਦੇ ਕਿਉਂਕਿ ਸੁਪਰੀਮ ਕੋਰਟ 'ਚ ਵੀ ਇੱਕ ਕਮੇਟੀ ਬਣੀ ਸੀ ਜਿਹਨੇ ਰਿਪੋਰਟ ਸ਼ੈੱਡ ਸਬਮਿਟ ਕਰਤੀ ਆ ਤੁਹਾਨੂੰ ਲੱਗਦਾ ਕੋਈ ਇਸ ਤਰ੍ਹਾਂ ਦਾ ਆਡ-ਪਾਡ ਜਾਂ ਤਰੀਕਾ ਕੱਢਿਆ ਜਾਊਗਾ ਜਿਸ ਦੇ ਨਾਲ ਖਲਾਸੀ ਹੋ ਜੇ ਕਿਸਾਨਿਆਂ ਦੀ ਵੀ ਤੇ ਉਹਨਾਂ ਦੀ ਵੀ ਭਾਜਪੀ ਚਾਹੁੰਦੀ ਹੋਵੇ ਕਿ ਇਸ ਚੱਕਰ ਚੋਂ ਕਿਸੇ ਤਰੀਕੇ ਨਾਲ ਪੈਰ ਪਿਸ਼ਾਂਖੇ ਚ ਲਈਏ ਤੋ ਕੁ ਸਿਆਣਪ ਤਾਂ ਸਰਕਾਰ ਦੀ ਇਸ ਚੀਜ਼ ਹੋਏਗੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਯੂਪੀ ਚ ਕਿਉਂਕਿ ਜਾਨੀ ਨੁਕਸਾਨ ਇਨਾ ਹੋ ਗਿਆ ਹੈ ਕੋਵਿਡ ਦੇ ਨਾਲ। ਜੀ। ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਉਹਨਾਂ ਉਹਨਾਂ ਨੂੰ ਦੁਬਾਰਾ ਇਲੈਕਸ਼ਨ ਜਿੰਨਾ بڑا ਪਹਾੜ ਉੱਤੇ ਚੜਨਾ ਹੈ। ਤੋ ਇਸ ਕਰਕੇ ਜੇ ਕਿਸਾਨ ਵੀ ਨਰਾਜ਼ ਰਹਿਣਗੇ ਉਤੋਂ ਲੋਕ ਪਿੰਡ-ਪਿੰਡ ਚ ਲੋਕ ਨਰਾਜ਼ ਹੈ ਉਹਨਾਂ ਦੀ ਇੰਨੀਆਂ ਮੋਟਾਂ ਹੋ ਗਈਆਂ। ਤਾਂ ਇਹ ਦੇਖੋ ਸਾਰੇ ਤੋਂ ਪਹਿਲਾਂ ਤੁਸੀਂ ਕਿਸਾਨਾਂ ਨਾਲ ਕਮ ਸਕੱਮ ਇਹ ਮੁੱਦਾ ਤਾਂ ਮੁਕਾਓ ਤਾਂ ਕਿ ਇਹ ਮੁੱਦਾ ਨਾ ਅੱਗੇ ਹੋਵੇ। ਸਿਆਣਪ ਇਹਦੇ ਚ ਹੋਏਗੀ ਕਿ ਇਹ ਦੇਖੋ ਵਾਪਸ ਲੈਣਗੇ ਨੀ ਮੋਦੀ ਜੀ ਕਾਨੂੰਨ ਜੇ ਜਿਸ ਤਰੀਕੇ ਦੀ ਉਹਨਾਂ ਦੀ ਆਦਤ ਹੈ ਲੇਕਿਨ ਉਹਨਾਂ ਦੀ ਪੁਰਾਣਾ ਤਰੀਕਾ ਇਹ ਰਿਹਾ ਕਿ ਉਹਨੂੰ ਇੱਕ ਪਾਸੇ ਕਰ ਦੋ ਫਿਰ ਭੁਲਾ ਦਿਓ ਉਹ ਵੀ ਠੀਕ ਹੈ ਕਿਉਂਕਿ ਕੱਲ ਨੂੰ ਜੇ ਇਲੈਕਸ਼ਨਾਂ ਦੇ ਵਿੱਚ ਇਹ ਯੂਪੀ ਵੀ ਹਾਰ ਜਾਂਦੇ ਆ ਇਹ ਪੰਜਾਬ ਚ ਵੀ ਇਹਨਾਂ ਦਾ ਕੁਝ ਨਹੀਂ ਬਣਦਾ ਤਾਂ ਫਿਰ ਆਪਣੇ ਆਪ ਜੇ ਕਿਸਾਨ ਬੋਲ ਪਿਆ ਆਮ ਆਦਮੀ ਬੋਲ ਪਿਆ ਕਾਨੂੰਨ ਕਿਹੜਾ ਬਚਿਆ ਉਹਦੇ ਬਾਅਦ ਕਾਨੂੰਨ ਤਾਂ ਫਿਰ ਖਤਮ ਹੀ ਹੋ ਗਿਆ ਤਾਂ ਇਸ ਕਰਕੇ ਕਾਨੂੰਨ ਸਿਆਣਪ ਇਸ ਚੀਜ਼ ਹੋਏਗੀ ਕਿ ਇਹਨੂੰ ਗੱਲ ਨੂੰ ਵਧਾਉਣ ਨਾ ਇਸ ਗੱਲ ਨੂੰ ਇੱਕ ਪਾਸੇ ਕਰਦੇ ਨੇ ਐਸ ਵੇਲੇ ਮਹਾਮਾਰੀ ਨੂੰ ਕਿਵੇਂ ਕੰਟਰੋਲ ਕਰਨਾ ਕੋਵਿਡ ਨੂੰ ਕਿਵੇਂ ਕੰਟਰੋਲ ਕਰਨਾ ਹੈ ਸਾਰੇ ਲਾਕਡਾਊਨ ਕੀਤਾ ਹੋਇਆ ਹੈ ਸਟੇਟਾਂ ਖੁੱਲਣ ਗਈਆਂ ਉਹਦੀ ਇਕਨੋਮੀ ਕਿਵੇਂ ਚਲਾਉਣੀ ਹੈ ਤਾਂ ਅਗਲੇ 3-4 ਮਹੀਨੇ ਤਾਂ ਇਹ ਕੇਂਦਰ ਸਰਕਾਰ ਲਈ ਬਹੁਤ ਜ਼ਰੂਰੀ ਹੈ ਲੇਕਿਨ ਇਹਨਾਂ ਨੇ ਜ ਲੜਾਈ ਬਧਾਈ ਰੱਖਣੀ ਹੈ ਉਹ ਦੂਜੀ ਗੱਲ ਹੈ ਕਿਸਾਨ ਤਾਂ ਬੈਠੇ ਹੀ ਆ ਉੱਥੇ ਉਹ ਤਾਂ ਲੜੀ ਜਾਣਗੇ ਲੇਕਿਨ ਇੱਕ ਥੋੜਾ ਜਿਹਾ ਮੌਕਾ ਹੈ ਜਿਹੜਾ ਮੌਕਾ ਇਸ ਵੇਲੇ ਇਸਤੇਮਾਲ ਕਰ ਸਕਦੀ ਹੈ ਕੇਂਦਰ ਸਰਕਾਰ ਲੇਕਿਨ ਉਹਨਾਂ ਨੂੰ ਬੜਾ ਬੰਦ ਖਾਣਾ ਪਏਗਾ ਇਹਦੇ 'ਚ ਜਿਉ ਕਹਿਣ ਕੀ ਗੋਡੇ ਪਾਣੀ ਆ ਜਾਣ ਸਾਡੇ ਕੋਲ ਕਿਸਾਨੋਂ ਕਿਸਾਨ ਨਹੀਂ ਜਾਏਗਾ ਉਹਨਾਂ ਕੋਲ ਬਸ ਇੱਕ ਆਖਰੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਕਿ ਤੁਹਾਨੂੰ ਤੁਸੀਂ ਨੇੜਿਓਂ ਦੇਖਿਆ ਹੋਊਗਾ ਕਿਉਂਕਿ ਤੁਸੀਂ ਦੇ ਵਿੱਚ ਬੈਠੇ ਹੋ ਇੱਕ ਮੌਕਾ ਬਣ ਗਿਆ ਸੀ ਜਦੋਂ ਇੰਜ ਲੱਗਦਾ ਸੀ ਕਿ ਸਾਰਾ ਪੰਜਾਬ ਸਰਦਾਰ ਖਾਸ ਤੌਰ ਤੇ ਦਸਤਾਰਾਂ ਹੀ ਉੱਥੇ ਦਿਸਦੀਆਂ ਸੀਗੀਆਂ ਉਸ ਮੌਕੇ ਤੇ ਪੂਰੇ ਪੰਜਾਬ ਦਾ ਕੋਈ ਐਸਾ ਖਿੱਤਾ ਤੇ ਘਰ ਨਹੀਂ ਸੀ ਰਿਹਾ ਜਿੱਥੋਂ ਕੋਈ ਨਾ ਕੋਈ ਗਿਆ ਨਾ ਹੋਵੇ ਔਰ ਜਿਸ ਤਰ੍ਹਾਂ ਦਾ ਸੁਨੇਹਾ ਆ ਰਿਹਾ ਸੀ ਲੋਕ ਜਾਗਰੂਕ ਸੀਗੇ ਔਰ ਬੜੇ ਪੋਜ਼ਿਟਿਵ ਮਾਹੌਲ 'ਚ ਸੀਗੇ ਸਕਾਰਾਤਮਕ ਸੀ ਸਾਰਾ ਕੁਝ ਤੁਹਾਨੂੰ ਲੱਗਦਾ ਕਿ 2022 ਤੱਕ ਆਉਂਦਿਆਂ ਆਉਂਦਿਆਂ ਜਿਹੜੀ ਉਹ ਜਲਵਾ ਸੀ ਜਿਹੜੀ ਉਹ ਚਿੰਗ ਬਲੀ ਸੀ ਲੋਕਾਂ ਦੇ ਅਵੇਅਰ ਹੋਣ ਦਾ ਚੇਤਨ ਹੋਣ ਦਾ ਅੱਗੇ ਨਾਲ ਉਹ ਜਾਗਰੂਕ ਹੋਣ ਦਾ ਜਿਹੜਾ ਸਿਲਸਿਲਾ ਦਿੱਲੀ ਦੇ ਬਾਰਡਰਸ ਤੋਂ ਚੱਲਿਆ ਸੀਗਾ ਜਿਹੜਾ 26 ਜਨਵਰੀ ਨੇ ਨੁਕਸਾਨ ਨੇ ਨੁਕਸਾਨਿਆ ਨੁਕਸਾਨ ਹੋਇਆ ਉਹ 22 ਦੀ ਇਲੈਕਸ਼ਨ ਤੋਂ ਪਹਿਲਾਂ ਉਹ ਚੇਤਨਾ ਕੰਮ ਕਰੋਗੀ ਸਥਾਪਿਤ ਪਾਰਟੀਆਂ ਨੂੰ ਇਹ ਥ੍ਰੈਟ ਹੋਊਗਾ ਜਿਹੜੀ ਚੇਤਨਾ ਉੱਥੋਂ ਫੈਲੀ ਹੈ ਦੇਖੋ ਇਸ ਚੀਜ਼ ਤੇ ਨਿਰਭਰ ਹੈ ਕਿ ਆ ਫੈਸਲਾ ਕਿਵੇਂ ਹੁੰਦਾ ਜੇ ਤਾਂ ਕੇਂਦਰ ਸਰਕਾਰ ਕਿਸਾਨ ਨੂੰ ਥੋੜਾ ਤਕੜਾ ਕਰ ਦਿੰਦੀ ਹੈ ਆ ਇਹ ਲੱਗਦਾ ਕਿ ਕੇਂਦਰ ਸਰਕਾਰ ਥੋੜੀ ਜਿਹੀ ਪਿੱਛੇ हट ਗਈ ਉਹਦੇ ਨਾਲ ਫਿਰ ਕਿਸਾਨਾਂ ਦੀਆਂ ਜਥੇਬੰਦੀਆਂ ਤਕੜੀਆਂ ਹੋ ਜਾਣਗੀਆਂ ਕਈ ਆ ਕਈ ਪਾਰਟੀਆਂ ਨਾਲ ਜੁੜੀਆਂ ਹੋਈਆਂ ਕਈ ਪਾਰਟੀਆਂ ਨਾਲ ਨਹੀਂ ਜੁੜੀਆਂ ਹੋਈਆਂ ਲੇਕਿਨ ਉਹ ਇੱਕ ਜਗ੍ਹਾ ਤਾਂ ਵੋਟ ਸਾਰੀ ਪੈਣੀ ਨਹੀਂ ਵੋਟ ਤਾਂ ਅਖੀਰ ਚ ਪਾਰਟੀਆਂ ਨੂੰ ਹੀ ਪੈਣੀ ਆ ਜਾਂ ਬੰਦਿਆਂ ਨੂੰ ਹੀ ਪੈਣੀ ਆ ਜੀ ਲੇਕਿਨ ਉਹਦਾ ਕੀ ਅਸਰ ਰਹੇਗਾ ਵੱਡੇ ਗਰੁੱਪ ਨੇ ਜਿਵੇਂ ਉਗਰ ਉਗਰਾਨ ਸਾਹਿਬ ਕਹੇ ਰਾ ਜੀ ਉਹ ਕੀ ਕਿਹਦੇ ਪਿੱਛੇ ਖੜੇ ਹੁੰਦੇ ਆ ਉਹਦਾ ਨੇਚਰਲੀ ਕੁਝ ਏਰੀਆ ਚ ਮਾਲਵੇ ਦੇ ਕੁਝ ਏਰੀਆ ਦੇ ਵਿੱਚ ਅਸਰ ਹੋਊਗਾ ਹੀ ਹੋਊਗਾ ਪੂਰੇ ਪੰਜਾਬ ਚ ਹੋਵੇ ਚਾਹੇ ਨਾ ਹੋਵੇ ਪੂਰੇ ਪੰਜਾਬ ਦੇ ਵਿੱਚ ਹੁਣ ਤਾਂ ਹੀ ਕੈਪਟਨ ਸਾਹਿਬ ਕਿਉਂਕਿ ਡਟੇ ਰਹੇ ਨੇ ਕਿਸਾਨਾਂ ਦੇ ਨਾਲ ਉਹਦਾ ਥੋੜਾ ਉਹਨਾਂ ਨੂੰ ਫਾਇਦਾ ਉਠਾਇਆ ਉਹਨਾਂ ਨੇ ਨੁਕਸਾਨ ਨਹੀਂ ਹੋਇਆ ਜਿਹੜਾ ਕਿ ਯੂਪੀ 'ਚ ਨੁਕਸਾਨ ਹੋਏਗਾ ਬੀਜੇਪੀ ਦਾ ਲੇਕਿਨ ਹੁਣਾ ਜਿਹੜਾ ਨਵਾਂ ਫਰੰਟ ਖੁੱਲ ਗਿਆ ਇਹਦਾ ਕੀ ਅਸਰ ਹੋਏਗਾ ਸੋ ਇਸ ਕਰਕੇ ਮੈਂ ਸਮਝਦਾ ਕਿ ਇਸ ਵੇਲੇ ਕਾਂਗਰਸ ਦੀ ਅੰਦਰੂਨੀ ਲੜਾਈ ਪੰਜਾਬ ਦੇ ਵਿੱਚ ਕੁਝ ਬੀਕੇਯੂ ਨੇ ਜਿਹੜਾ ਨਵਾਂ ਫਰੰਟ ਪਟਿਆਲੇ 'ਚ ਖੋਲ ਲਿਆ ਕੁਝ ਜੇ ਕੇਂਦਰ ਸਰਕਾਰ ਇਹਦਾ ਫੈਸਲਾ ਕਰਦੀ ਹੈ ਜਾਂ ਨਹੀਂ ਕਰਦੀ ਇਹ ਲੜਾਈ ਦਿੱਲੀ ਦੇ ਆਸ-ਪਾਸ ਇੱਥੇ ਹੀ ਰਹਿੰਦੀ ਹੈ ਵੱਧਦੀ ਹੈ ਘਟਦੀ ਹੈ ਇਹ ਲੜਾਈ ਦਾ ਜਿਹੜਾ ਮੇਨ ਹਿੱਸਾ ਹੈ ਉਹ ਯੂਪੀ 'ਚ ਚਲਿਆ ਜਾਂਦਾ ਹੈ ਅਸਲੀ ਲੜਾਈ ਜਿਹੜੀ ਹੈ ਉਹ ਯੂਪੀ 'ਚ ਹੈ ਔਰ ਯੂਪੀ ਦੀ ਲੜਾਈ ਦੇ ਵਿੱਚ ਅ ਅਜੀਤ ਸਿੰਘ ਜੀ ਦਾ ਤਾਂ ਦਿਹਾਂਤ ਹੋ ਗਿਆ ਉਹਨਾਂ ਦਾ ਬੇਟਾ ਹੁਣ ਪ੍ਰੈਜ਼ੀਡੈਂਟ ਬਣ ਜਾ ਗਿਆ ਆਰਐਲਡੀ ਦਾ ਤਕੀਤ ਭਾਈ ਬੈਠੇ ਨੇ ਉਹਨਾਂ ਦੀ ਕੀ ਪੋਲਿਟਿਕਸ ਰਹੇਗੀ ਔਰ ਉਹ ਪੋਲਿਟਿਕਸ ਸੋ ਮੇਰਾ ਖਿਆਲ ਹੈ ਅਗਲੇ 2-3 ਮਹੀਨੇ ਇਹ ਜਿਹੜੀ ਲਹਿਰ ਹੁਣ ਚੱਲ ਰਹੀ ਹੈ ਇਹ ਤਾਂ ਥੋੜੀ ਘਟ ਜਾਏਗੀ ਜੀ ਮਹਾਮਾਰੀ ਦੀ ਡਰ ਇਹ ਹੋਏਗਾ ਕਿ ਇੱਕ ਤੀਜੀ ਲਹਿਰ ਨਾ ਆਵੇ ਕਿਉਂਕਿ ਇਨਾਂ ਇਨਾਂ ਨੇ ਟੀਕੇ ਜਿੰਨੇ ਲੱਗਣੇ ਚਾਹੀਦੇ ਸੀ ਉਹ ਸਰਕਾਰ ਕੋਲ ਨਾ ਹੈ ਨਾ ਲਾਏ ਨੇ ਇਨਾਂ ਕੋਲ ਹਾਲੇ 2-3 ਮਹੀਨੇ ਉਹਨੇ ਟੀਕੇ ਨਹੀਂ ਹੋਂਦੇ ਜਿਵੇਂ ਜਿਵੇਂ ਸਾਲ ਖਤਮ ਹੋਏਗਾ ਟੀਕੇ ਵੀ ਲੱਗਣੇ ਵੱਧੇ ਵੱਧ ਜਾਣਗੇ ਜੇ 100 ਚੋਂ 50 60% ਬੰਦਿਆਂ ਨੂੰ ਟੀਕੇ ਲੱਗ ਜਾਣ ਫੇਰ ਇਹ ਲਹਿਰ ਉਨੀ ਨਹੀਂ ਆਏਗੀ ਉਹ ਬਿਮਾਰੀ ਫੇਰ ਇਹ ਬਿਮਾਰੀ ਤੋਂ हट ਜਾਏਗਾ ਫੋਕਸ ਲੇਕਿਨ ਕਿਸਾਨਾਂ ਨੂੰ ਵੀ ਇਹ ਸੋਚਣਾ ਪਏਗਾ ਕਿ ਜਿਵੇਂ ਜਿਵੇਂ ਇਲੈਕਸ਼ਨਾਂ ਹੁੰਦੀਆਂ ਜੇ ਪੰਜਾਬ ਚ ਯੂਪੀ ਚ ਕੀ ਇਹ ਸਰਹੱਦ ਤੇ ਹੀ ਬੈਠੇ ਰਹਿਣਗੇ ਜਾਂ ਉਦੋਂ ਪਹਿਲਾਂ ਹੁਣ ਇਹ ਕਹਿਣਗੇ ਹੁਣ ਤਾਂ ਲੜਾਈ ਅੰਦਰ ਲਗ ਸੂਬਿਆਂ ਦੇ ਵਿੱਚ ਚਲੀ ਗਈ ਹੈ ਅਸੀਂ ਪੰਜਾਬ ਵਾਲੇ ਪੰਜਾਬ 'ਚ ਲੜਾਈ ਲੜੀਏ ਯੂਪੀ ਵਾਲੇ ਯੂਪੀ 'ਚ ਲੜਾਈਏ ਕੁਝ ਬੰਦਿਆਂ ਨੇ ਸਰਹਾਤੇ ਬੈਠਣਾ ਬੈਠੇ ਰੋ ਲੇਕਿਨ ਲੜਾਈ ਜਿਹੜੀ ਕੇਂਦਰ ਦੇ ਨਾਲ ਹੈ ਉਹ ਹੁਣ ਦੋ ਸੂਬਿਆਂ 'ਚ ਹੋਏਗੀ ਔਰ ਜੇ ਦੋ ਸੂਬਿਆਂ ਦੇ ਵਿੱਚ ਤੁਸੀਂ ਕੇਂਦਰ ਦੀ ਸਰਕਾਰ ਭਾਜਪੀ ਨੂੰ ਹਰਾ ਲੈਂਦੇ ਹੋ ਤਾਂ ਫਿਰ ਉਹਦਾ ਫੈਸਲਾ ਉੱਥੇ ਹੋ ਜਾਏਗਾ ਜਾਂ ਤਾਂ ਭਾਜਪੀ ਪਹਿਲਾਂ ਫੈਸਲਾ ਕਰ ਲੇ ਜਾਂ ਹਾਕ ਦੇ ਬਾਅਦ ਜ਼ਾਹਿਰ ਹੀ ਹੋ ਜਾਏਗਾ ਕਿ ਲੋਗ ਉਹਨਾਂ ਦੇ ਨਾਲ ਨਹੀਂ ਹੈਗੇ ਤਾਂ ਇਸ ਕਰਕੇ ਅਗਲੇ 6 ਮਹੀਨੇ ਨਿਹੱਤ ਜ਼ਰੂਰੀ ਹੈ 23k not on that ਇਹਦੇ 'ਚ ਕਿੰਨੀ ਸਿਆਣਾ ਮੋਦੀ ਜੀ ਦਿਖਾਉਂਦੇ ਆ ਔਰ ਕਿੰਨੀ ਕਿ ਕਿੰਨੀ ਇੱਕ ਯੂਨਿਟੀ ਜਿਹੜੀ ਹੈ ਉਹ ਕਿਸਾਨ ਦਿਖਾਉਂਦੇ ਆ ਕਿੰਨੇ ਕੱਟੇ ਆ ਔਰ ਯੂਪੀ ਦੇ ਵਿੱਚ ਜਿਹੜੇ ਕਿਸਾਨ ਹੈ ਉਹ ਕਿਸ ਤਰੀਕੇ ਨਾਲ ਉਹ ਇਕੱਠੇ ਹੋ ਕੇ ਆ ਇੱਕ ਪੋਲੀਟੀਕਲ ਗਰੁੱਪ ਬਣ ਕੇ ਯੂਪੀ 'ਚ ਕਿਵੇਂ ਅਸਰ ਪਾ ਸਕਦੇ ਆ ਸੋ ਅਗਲੇ ਛੇ ਦਿਨ ਇਹ ਨਿਹਤ ਜ਼ਰੂਰੀ ਹੈ ਬਹੁਤ ਮਿਹਰਬਾਨੀ ਸਰਦਾਰ ਸਾਹਿਬ ਬੜਾ ਅੱਛਾ ਤੁਸੀਂ ਵਿਸਥਾਰ ਨਾਲ ਦੱਸਿਆ ਬਹੁਤ ਧੰਨਵਾਦ ਤੁਹਾਡਾ ਸੱਚੀ ਕਾ